95% मेरी आठ डिग्री के बिचों ने मेरे 99% भी आए हुए ने, पर सरकार हर बार साडे नाल ऐवें करदी है, रुजगार देने तो भज गई है। साडा बिलकुल साडा मन करदा पर रिश्तेदार आंदे आंढ गुआंढ दे ताने मेहने हुंदे ने वी तुहाडी कुड़ी इन्ना पढ़ लिख गई करदी की आ सड़कां दे फिरदी आ। 5 साल तो साडे नाल इही कुछ हुंदा है, जदों भी किते भरगत सिंह जी जाते ने जा चन्नी चन्नी साहब जाते ने किते भी जाना असीं हर थां ते जाके इन्हां दा घराओ करते हैं, उत्थे भी साडे मूंह बंद करके सानू मूंह नोच के सानू गड्डियां च सिट के जी पूरे करो हेरा फेरी 420 गप्पी प्रगट हाय हाय मीटिंग होंगे ने, और बीते दिनों जिते चन्नी लाने इतने प्रतापपुरे
ਤਾਂ ਜਿਹੜਾ ਸਾਡੇ 4185 ਪੋਸਟਰ ਜਿਹੜੇ ਸਟੈਂਡ ਜਾਰੀ ਕਰਤਾ ਕਿ ਉਹਦਾ ਵਿਰੋਧ ਨਾ ਹੋਵੇ ਪਰ ਉਸ ਦਿਨ ਤੋਂ ਲੈ ਕੇ ਸਾਨੂੰ ਪਰ ਬਾਰ ਬਾਰ ਜਿਹੜਾ ਲਾਰੇ ਲਾਏ ਜਾ ਰਹੇ ਆ ਕਿਉਂਕਿ ਚੋਣ ਜਾਬਤਾ ਸਿਰ ਤੇ ਆ ਸਾਨੂੰ ਇਹੀ ਡਿਕਲੇਅਰ ਕੀਤਾ ਜਾ ਸਾਡੀ ਐਸਐਸਟੀ ਹਿੰਦੀ ਪੰਜਾਬੀ ਦੇ ਕਿੰਨੀਆਂ ਪੋਸਟਾਂ ਆ ਰਹੀਆਂ ਨੇ ਕਿ ਸਾਨੂੰ ਫੇਰ ਖਦਸ਼ਾ ਵੀ ਕਿਤੇ ਨਾ ਕਿਤੇ ਇਹ ਪੱਲੇ ਤਾਂ ਸਾਡੇ ਨਾਲ ਸਰਕਾਰ ਜਾ ਰਹੀ ਹੈ ਪੱਤਰਕਾਰ ਭਾਈਚਾਰਾ ਤੁਹਾਡੇ ਨਾਲ ਹੈ ਇੰਡੀਆ ਨਿਊਜ਼ ਵੀ ਤੁਹਾਡੇ ਨਾਲ ਹੈ ਆ ਵੀ ਦੇਖ ਸਕਦੇ ਹੋ ਜਿਵੇਂ ਕੋਈ ਆਜੋ ਨਾ ਤਾਂ ਬੰਦੇ ਆ ਦੇਖ ਲਓ ਆ ਦੇਖ ਸਕਦੇ ਹੋ ਸਾਨੂੰ ਪੁਲਿਸ ਨੇ ਕਿਹਾ ਫੜਾ ਹੈ ਤੁਸੀਂ ਛੱਡ ਦਿਓ ਆਰਾਮ ਨਾਲ ਗੱਲ ਕਿਧਰ ਨਹੀਂ ਮਾਰਦੇ ਯਾਰ ਤੁਸੀਂ ਤਾਂ ਜਿਹੜੇ ਨੇਤਾ ਨੇ ਮੰਤਰੀ ਨੇ ਇਹਨਾਂ ਦਾ ਮਾਰਿਆ ਨਾਲ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਵੀ ਤੰਗ ਕਰ ਛੱਡਿਆ ਸਾਡੀਆਂ ਗੱਲਾਂ ਇਹਨਾਂ ਤੱਕ ਪਹੁੰਚਾਉਣ ਦੀ ਬਜਾਏ ਜਿਹੜਾ ਸਾਨੂੰ ਬਾਰ ਬਾਰ ਹੈ ਸਰਕਾਰ ਨਾਲ ਜਿਹੜੀ ਮੀਟਿੰਗਾਂ ਹੁੰਦੀਆਂ ਸਾਡੀਆਂ ਬੇਸਿੱਟਾਂ ਰਹੀਆਂ ਨੇ ਹੁਣ ਤੱਕ ਜਿਹੜਾ ਪ੍ਰਗਟ ਸਿੰਘ ਵੱਲੋਂ ਆ ਸਾਡੀਆਂ ਜਿਹੜੀਆਂ ਮੀਟਿੰਗਾਂ ਬਾਰ ਬਾਰ ਹੋ ਰਹੀਆਂ ਨੇ ਸਾਡੇ ਮੰਗਾਂ ਮਸਲਿਆਂ ਦਾ ਪੁਖਤਾ ਹੱਲ ਨਹੀਂ ਕੀਤਾ ਗਿਆ ਜਿਹਦੇ ਅਸੀਂ ਰੋਸ ਵਜੋਂ ਅੱਜ ਕਿਉਂਕਿ ਸਾਡੀ ਜ਼ਿੰਦਗੀ ਕਿਸੇ ਕੰਮ ਨਹੀਂ ਅਸੀਂ ਆਪਣੇ ਆਪ ਨੂੰ ਆਤਮਦਾਹ ਕਰਨਾ ਸੀ ਸਹੀ ਸਮਝਦੇ ਹਾਂ ਕਿਸ ਤਰ੍ਹਾਂ ਸਹੀ ਸਮਝਦਾ ਲਗਾਤਾਰ ਸਾਰੇ ਜਿਹੜੇ ਪੰਜਾਬ ਦੇ ਲੋਕ ਲਿਵਿੰਗ ਇੰਡੀਆ ਨਿਊਜ਼ ਵੀ ਤੁਹਾਡੀ ਆਵਾਜ਼ ਬਣ ਕੇ ਸਾਹਮਣੇ ਆ ਰਹੀ ਆ ਫਿਰ ਕਿਉਂ ਤੁਸੀਂ ਇਸ ਤਰ੍ਹਾਂ ਦਾ ਕਦਮ ਚੱਕ ਰਹੇ ਹੋ ਸਰਕਾਰਾਂ ਦੇ ਨਾਲ ਬੈਠ ਕੇ ਗੱਲ ਵੀ ਕੀਤੀ ਜਾ ਸਕਦੀ ਹੈ ਬਾਜੀ ਅਨੇਕਾਂ ਅਸੀਂ ਮੀਟਿੰਗਾਂ ਇਹਨਾਂ ਨਾਲ ਕਰ ਚੁੱਕੇ ਆ ਗੱਲਬਾਤ ਨਾਲ ਸਾਨੂੰ ਸਾਡਾ ਜਿਹੜਾ ਮਸਲਾ ਉਹ ਹੱਲ ਹੁੰਦਾ ਨਹੀਂ ਦਿਖ ਰਿਹਾ ਹੁਣ ਤੱਕ ਕਿਉਂਕਿ ਅਸੀਂ ਬਾਰ ਬਾਰ ਚੰਡੀਗੜ੍ਹ ਜਾਂਦੇ ਹਾਂ ਚੰਡੀਗੜ੍ਹ ਸਾਨੂੰ ਜ਼ਿਆਦਾ ਬਿਰੰਗ ਮੋੜ ਦਿੱਤਾ ਜਾਂਦਾ ਸਾਡੇ ਜਿਹੜੇ ਮੰਗਾਂ ਮਸਲਿਆਂ ਦਾ ਕੋਈ ਪੁਖਤਾ ਹੱਲ ਨਹੀਂ ਕੀਤਾ ਜਾਂਦਾ ਬੀਤੇ ਦਿਨਾਂ ਦੇ ਵਿੱਚ ਵੀ ਅਸੀਂ ਪ੍ਰਗਟ ਸਿੰਘ ਕੋਲ ਆਏ ਸੀ ਮੈਂ ਸਵੇਰੇ ਸਵੇਰੇ ਸਾਨੂੰ ਕਿਹਾ ਕਿ ਤੁਸੀਂ ਡੀ ਜੀ ਐਸ ਸੀ ਨੂੰ ਮਿਲੋ ਜਾ ਕੇ ਤੁਹਾਡੇ ਜਿਹੜੀਆਂ ਵਿਸ਼ਾਵਾਰ ਪੋਸਟਾਂ ਦੀ ਗਿਣਤੀ ਆ ਉਹ ਤੁਹਾਨੂੰ ਕਲੀਅਰ ਕਰ ਦੇਣਗੇ ਪਰ ਅਸੀਂ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਚੰਡੀਗੜ੍ਹ ਗਏ ਆ ਉੱਥੇ ਜਾ ਕੇ ਸਾਡੀ ਬਾਤ ਨਹੀਂ ਪੁੱਛੀ ਕਿਸੇ ਨੇ ਉਹ ਕਹਿੰਦੇ ਵੀ ਮੇਰੇ ਕੋਲ ਕੁਛ ਨਹੀਂ ਤੁਸੀਂ ਡੀਪੀਆਈ ਨੂੰ ਮਿਲੋ ਡੀਪੀਆਈ ਨੂੰ ਮਿਲੇ ਮਿਲਣ ਨੂੰ ਸਾਨੂੰ ਕਿਹਾ ਡੀਪੀਆਈ ਸਾਹਿਬ ਛੁੱਟੀ 'ਤੇ ਚੱਲੇ ਮੈਡੀਕਲ ਲੀਵ 'ਤੇ ਤਾਂ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਵੀ ਦੇਖੋ ਪ੍ਰਗਟ ਸਿੰਘ ਜੀ ਤੁਸੀਂ ਡਿਪਾਰਟਮੈਂਟ ਦੇ ਹੈੱਡ ਹੋ ਸਾਰਾ ਪੂਰਾ ਅਮਲਾ ਤੁਹਾਡੇ ਥੱਲੇ ਆ ਜੇ ਚਾਹੋ ਤੁਸੀਂ ਇੱਕ ਮਿੰਟ 'ਚ ਸਾਨੂੰ ਕਿੱਡੀ ਗੱਲ ਹੈ ਪੋਸਟਾਂ ਦੀ ਜੋ ਗਿਣਤੀ ਹੈ ਉਹ ਸਾਨੂੰ ਕਲੀਅਰ ਕਰ ਦਿਓ ਅਸੀਂ ਆਪਣਾ ਘਰ ਜਾ ਕੇ ਬੜੀ ਤਿਆਰੀ ਕਰੀਏ ਇਸ ਗੱਲ ਦਾ ਜਵਾਬ ਦਿਓ ਪੂਰਾ ਪੰਜਾਬ ਤੁਹਾਡੇ ਨਾਲ ਹੈ ਆਤਮ ਹੱਤਿਆ ਇਸ ਦਾ ਹੱਲ ਹੈ ਅਸੀਂ ਹੋਰ ਕਰੀਏ ਕੀ ਭਾਅ ਜੀ ਕਿਉਂਕਿ 4.5 ਸਾਲ ਹੋ ਗਏ ਸਾਨੂੰ ਪਤਾ ਸੀ ਕਿੱਦਾਂ ਪੜ੍ਹਾਈਆਂ ਕੀਤੀਆਂ ਤੰਗੀਆਂ ਤੁਰਸ਼ਿਆਂ ਦੇ ਵਿੱਚੋਂ ਪੜ੍ਹੇ ਆ ਆਪਣੇ ਚੈਨਲ ਦੇ ਰਾਹੀਂ ਜਿਹੜੇ ਅਸੀਂ ਚਾਹਨਾ ਸਾਰੀਆਂ ਮੇਰਾ ਨਾਮ ਸੰਦੀਪ ਗੱਲਾ ਬੀ ਐਟ ਪਾਸ ਮੇਰੇ ਗੱਲ ਜੀ ਕਿਉਂ ਤੁਹਾਨੂੰ ਅੱਜ ਪੁਲਿਸ ਦੀ ਗੱਡੀ ਦੇ ਵਿੱਚ ਬਿਠਾਇਆ ਗਿਆ ਲਗਾਤਾਰ 5 ਸਾਲ ਤੋਂ ਪ੍ਰੋਟੈਸਟ ਕਰ ਰਹੇ ਹਾਂ ਆਪਣੀ ਛੋਟੀ ਜਿਹੀ ਜਾਇਜ਼ ਮੰਗ ਦੇ ਲਈ ਕਿ ਬੀ ਐਡ ਦੇ ਵਿੱਚ ਮਾਸਟਰ ਕੇਡਰ ਦੀਆਂ ਸਮਾਜਿਕ ਸਿੱਖਿਆ ਹਿੰਦੀ ਪੰਜਾਬੀ ਦੀਆਂ ਜਿਹੜੀਆਂ 9000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਬਹੁਤ ਵਾਰ ਅਸੀਂ ਪ੍ਰਗਟ ਸਿੰਘ ਨੂੰ ਮਿਲ ਚੁੱਕੇ ਹਾਂ ਅਨੇਕਾਂ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਸਾਡੀ ਜਿਹੜੀ ਮੰਗ ਆ ਉਹ ਜਿਉਂਦੀ ਕਿਉਂ ਖੜੀ ਆ 5-7 ਦਿਨ ਰਹਿ ਗਏ ਨੇਗੇ ਚੋਣ ਜਾਬਤਾ ਲੱਗਣ ਦੇ ਵਿੱਚ ਅਤੇ ਅਸੀਂ ਇਹਨਾਂ ਨੂੰ ਅਲਟੀਮੇਟਮ ਦਿੱਤਾ ਸੀਗਾ ਕਿ ਜੇਕਰ ਸਾਡੀਆਂ ਪੋਸਟਾਂ ਨਹੀਂ ਆਇਆ ਤਾਂ ਅਸੀਂ ਤਿੱਖਾ ਸੰਘਰਸ਼ ਜਿਹੜਾ ਕਰਾਂਗੇ ਅਸੀਂ ਬਕਾਇਦਾ ਸਾਡੇ ਟੈਂਕੀ ਦੇ ਉੱਪਰ ਸਾਥੀ ਬੈਠੇ ਨੇ ਉਹਨਾਂ ਨੇ ਵੀ ਚੇਤਾਵਨੀ ਜਾਰੀ ਕੀਤੀ ਸੀ ਕਿ ਜੇਕਰ ਸਾਡੇ ਨਾਲ ਬੇਇਨਸਾਫੀ ਹੁੰਦੀ ਹੈ ਤਾਂ ਅਸੀਂ ਸੁਸਾਈਡ ਕਰਾਂਗੇ ਤਾਂ ਇਸੇ ਤਹਿਤ ਅੱਜ ਅਸੀਂ ਇਸ ਪ੍ਰਗਟ ਸਿੰਘ ਨੂੰ ਜਗਾਉਣ ਦੇ ਖਾਤਰ ਸਾਨੂੰ ਇਹ ਆਤਮਘਾਤੀ ਜਿਹੜਾ ਫੈਸਲਾ ਕਰਨਾ ਪਿਆ ਕਿਉਂਕਿ ਇਹ ਅਸੀਂ ਕੋਈ ਸ਼ੌਕ ਨੂੰ ਨਹੀਂ ਕਰ ਰਹੇ ਕਿਉਂਕਿ ਲਗਾਤਾਰ ਜਦੋਂ ਦੀ ਕਾਂਗਰਸ ਸਰਕਾਰ ਘਰ ਘਰ ਨੌਕਰੀ ਦਾ ਵਾਅਦਾ ਕਰਕੇ ਆਈ ਆ ਅਸੀਂ ਇੱਕ ਉਮੀਦ ਦੇ ਤਹਿਤ ਅਸੀਂ ਚੱਲ ਰਹੇ ਸੀਗੇ ਪਰ ਜਿਉਂ-ਜਿਉਂ ਦਿਨ ਹੁਣ ਘਟ ਰਹੇ ਨੇ ਸਾਡੀਆਂ ਉਮੀਦਾਂ ਟੁੱਟਦੀਆਂ ਜਾ ਰਹੀਆਂ ਨੇ ਬੇਰੁਜ਼ਗਾਰੀ ਦਾ ਸੰਤਾਪ ਹੰਡਾ-ਹੰਡਾ ਅਸੀਂ ਵੈਸੇ ਹੀ ਮਰ ਚੁੱਕੇ ਹਾਂ ਇੱਕ ਸਰੀਰਕ ਤੌਰ 'ਤੇ ਅਸੀਂ ਤੁਰੇ ਫਿਰਦੇ ਹਾਂ ਪਰ ਇਹ ਨਿਕੰਮੀ ਸਰਕਾਰ ਜਿਹੜੀ ਹੈਗੀ ਆ ਸਾਡੀ ਬਾਂਹ ਫੜਨ ਦੀ ਬਜਾਏ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਢਿੱਡ ਭਰ ਤਾਂ ਭਰ ਰਹੇ ਨੇ ਇਹ ਪਰ ਸਾਡੀ ਬੇਰੁਜ਼ਗਾਰਾਂ ਦੀ ਜਿਹੜੀ ਬਾਂਹ ਇਹ ਨਹੀਂ ਫੜ ਰਹੇ ਤਾਂ ਮਜਬੂਰ ਨੂੰ ਸਾਨੂੰ ਇਹ ਫੈਸਲਾ ਜਿਹੜਾ ਲੈਣਾ ਪਿਆ ਕੀ ਲੱਗਦਾ ਇਹ ਫੈਸਲਾ ਤੁਹਾਡਾ ਠੀਕ ਹੈਗਾ ਇਸ ਦੇ ਨਾਲ ਜਿਹੜੇ ਮਸਲੇ ਹੱਲ ਹੋ ਜਾਣਗੇ ਦੇਖੋ ਅਸੀਂ ਇਦੋਂ ਪਹਿਲਾਂ ਸ਼ਾਂਤੀਪੂਰਨ ਪ੍ਰੋਟੈਸਟ ਤੁਸੀਂ ਵੀ ਦੇਖਿਆ ਅਸੀਂ ਬਹੁਤ ਵਾਰੀ ਇਹਨਾਂ ਦੇ ਦਰ 'ਤੇ ਆ ਕੇ ਬੈਠੇ ਹਾਂ ਇੱਥੇ ਦਰ 'ਤੇ ਆ ਕੇ ਬੈਠੇ ਵੀ ਸਾਨੂੰ ਇਹਨਾਂ ਦੀਆਂ ਡਾਂਗਾਂ ਦਾ ਸਾਹਮਣਾ ਕਰਨਾ ਪੈਂਦਾ ਸਾਡੀਆਂ ਧੀਆਂ ਭੈਣਾਂ ਨੂੰ ਇਹਨਾਂ ਹੱਥੋਂ ਬੇਇੱਜ਼ਤ ਹੋਣਾ ਪੈਂਦਾ ਬੇਇੱਜ਼ਤੀ ਇਹਨਾਂ ਤੋਂ ਕਰਵਾਉਣੀ ਪੈਂਦੀ ਆ ਪਰ ਗਿੱਲ ਸਾਹਿਬ ਇਹ ਫੈਸਲਾ ਠੀਕ ਸੀ ਬਿਲਕੁਲ ਅਸੀਂ ਇਹ ਮੰਨਦੇ ਹਾਂ ਵੀ ਫੈਸਲਾ ਅਸੀਂ ਠੀਕ ਆ ਵੀ ਅਸੀਂ ਨਹੀਂ ਮੰਨਦੇ ਵੀ ਠੀਕ ਹੈ ਕੋਈ ਮਸਲੇ ਦਾ ਹੱਲ ਨਹੀਂ ਪਰ ਮਾਨਸਿਕ ਤੌਰ 'ਤੇ ਅਸੀਂ ਇੰਨੇ ਜ਼ਿਆਦਾ ਮਰ ਚੁੱਕੇ ਹਾਂ ਸਾਡੇ ਕੋਲ ਹੋਰ ਰਾਹ ਨਹੀਂ ਕਾਰਨ ਕਿਉਂਕਿ 5-7 ਦਿਨ ਰਹਿ ਗਏ ਨੇ ਚੋਣ ਜਾਬਤਾ ਲੱਗਣ ਦੇ ਵਿੱਚ ਬਹੁਤ ਸਾਰੇ ਸਾਥੀ ਸਾਡੇ ਨਾਲ ਪੂਰਾ ਪੰਜਾਬ ਹੈਗਾ ਪੰਜਾਬ ਦੀ ਮੀਡੀਆ ਤੁਹਾਡੀ ਆਵਾਜ਼ ਬਣ ਕੇ ਹਰ ਘਰ ਤੱਕ ਆਵਾਜ਼ ਤੁਹਾਡੀ ਪਹੁੰਚਾ ਰਹੀ ਹੈ ਸਰਕਾਰਾਂ ਤੱਕ ਪਹੁੰਚਾ ਰਹੀ ਹੈ ਫਿਰ ਇਹ ਫੈਸਲਾ ਕਿਉਂ ਲਿੱਤਾ ਗਿਆ ਕਿਉਂਕਿ ਇਹ ਸਰਕਾਰਾਂ ਨੇ ਜਿਹੜੀਆਂ ਇਹ ਗੂੰਗੀਆਂ ਬੋਲੀਆਂ ਹੋ ਚੁੱਕੀਆਂ ਨੇ ਇਹ ਜਿਹੜੀ ਆਵਾਜ਼ ਹੈਗੀ ਉਹਨੂੰ ਦਬਾ ਰਹੀਆਂ ਨੇ ਕਿਉਂਕਿ ਇਹ ਅਨੇਕਾਂ ਵਾਰ ਅਸੀਂ ਇਹ ਨਹੀਂ ਅਸੀਂ ਕਦੇ ਇਹਨਾਂ ਨਾਲ ਮੀਟਿੰਗ ਨਹੀਂ ਕੀਤੀ ਪਤਾ ਹੀ ਨਹੀਂ ਕਿੰਨੀ ਕੁ ਵਾਰ ਖੁਦ ਪ੍ਰਗਟ ਸਿੰਘ ਵੀ ਕਹਿ ਚੁੱਕੇ ਨੇ ਕਿ ਅਸੀਂ ਬਹੁਤ ਵਾਰੀ ਮੈਂ ਇਹਨਾਂ ਨਾਲ ਮਿਲ ਲਿਆ ਮੈਂ ਇਹਨਾਂ ਨੂੰ ਮੀਟਿੰਗ ਕਰ ਲਈ ਪਰ ਸਾਨੂੰ ਇਹ ਦੱਸਿਆ ਜਾਵੇ ਕਿ ਸਾਡਾ ਹੱਲ ਕਦੋਂ ਹੋਇਆ ਹੁਣ ਵੀ ਸਾਡੀਆਂ ਨਿਗੂਣੀਆਂ 4485 ਪੋਸਟਾਂ ਆਈਆਂ ਨੇਗੀਆਂ ਜਿਹਦੇ ਵਿੱਚ ਸਾਡੇ ਸਮਾਜਿਕ ਸਿੱਖਿਆ ਹਿੰਦੀ ਪੰਜਾਬੀ ਦੀਆਂ ਬਹੁਤ ਘੱਟ ਪੋਸਟਾਂ ਨੇਗੀਆਂ ਵਾਰ ਵਾਰ ਅਸੀਂ ਮਿਲੇ ਆ ਪਰਸੋਂ ਵੀ ਬੋਰ ਇਹਨਾਂ ਨੂੰ ਮਿਲੇ ਆ ਪਰ ਸਾਡਾ ਜਿਹੜਾ ਹੱਲ ਆ ਇਹਨਾਂ ਵੱਲੋਂ ਨਹੀਂ ਕੀਤਾ ਜਾ ਰਿਹਾ 20,000 ਬੰਦਾ 9,000 ਪੋਸਟਾਂ
सानू हर वारी उम्मीद होंगी है, असं हर वारी उम्मीद 150 किलोमीटर चंडीगढ़ इन मीटिंग कर जाने भी साडा हल ये करे, पर असं बेहद निराशा के नाल उतों परतते हाँ जो भी असं ये। संदीप जी एक मेरी गल का जवाब दो, तुम मैरिड हो? हाँ जी। किन्ने बच्चे? दो बच्चे ने। तुम उन्होंने बच्चों का भी नहीं सोचा यह कदम चकन तो पहला? बिल्कुल सारा कुछ सोच समझ के जोड़ा है सारिया चीज़ों ध्यान च, पर इस सरकार ने सानू ये कदम चकन लिए मजबूर कर दिता। तुसी इन्हां नू सवाल जाके पुछो भी जेड़े अज सवाल सरकारां नू भी जरूर होणगे, अज तों बाद पूरे सवाल होणगे। पहले भी खुदा दे घर देर है पर हनेर नहीं, कि तुसी परेशान हो अज ही संपर्क करो दुखी भैण भरा दे सच्चे हमदर्द बाबा अफसर खान 9889984580। गेट एक्स लव बैक इन योर लाइफ। परेशानी जिवें व्याह विच रुकावट, खोया प्यार वापस पाउणा, पति पत्नी विच झगड़ा, सौतन दुश्मन तो छुटकारा, विदेश यात्रा, इमीग्रेशन मसले, औलाद सुख, बुरे सुपने, बीमारी विच दवा दा ना लगना, लाटरी नंबर पाओ भावे 649 होवे या मेगा मिलियन, हर जगह तो निराश ते धोखा खा चुके दुखी भैण भरा एक बार जरूर संपर्क करो। मैं तुहानू खून दे हंजू नहीं रोण देंगा, इट्स माई प्रोमिस। बाबा अफसर खान 9889984580।